ਸ਼ਿਕਲ ਜੀ ਮੇਰੇ ਨਾਲ ਸਵਪਨਦੀਪ ਕੌਰ ਆ ਚੁੱਕੇ ਨੇ ਜਿਹਨਾਂ ਕਿ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਨੇ। ਫਾਈਨਲੀ ਵੀਜ਼ਾ ਸਟੈਂਪ ਹੋ ਚੁੱਕਿਆ ਵਾ, ਪਹਿਲਾਂ ਵੀਜ਼ਾ ਹੈਂਡਓਵਰ ਕਰ ਦਿੰਦੇ ਫਿਰ ਵਿਊਜ਼ ਲੈਂਦੇ ਹਾਂ, ਸਭ ਕੁਝ ਪੁੱਛਾਂਗੇ। ਸਵਪਨਦੀਪ ਜੀ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ, ਰਾਈਟ? ਸੋ ਸਵਪਨਦੀਪ ਜੀ, ਸਭ ਤੋਂ ਪਹਿਲਾਂ ਕਿਹੜੇ ਇੰਸਟੀਟਿਊਸ਼ਨਸ ਲਈ ਜਾ ਰਹੇ ਹੋ ਤੁਸੀਂ ਕਿੱਥੇ? ਸਰ ਕੈਂਬਰਿਨ ਕਾਲਜ ਹੈ, ਮੇਰਾ ਪ੍ਰੋਜੈਕਟ ਮੈਨੇਜਮੈਂਟ ਦਾ ਪ੍ਰੋਗਰਾਮ ਹੈ। ਓਕੇ, 1 ਸਾਲ ਦੀ ਸਟੱਡੀ ਹੈ। ਰਾਈਟ, ਸਡਬਰੀ ਓਨਟਾਰੀਓ ਸਟੈਂਡ। ਸਡਬਰੀ ਓਨਟਾਰੀਓ, ਤੁਹਾਨੂੰ ਪਤਾ ਹੈ ਸਡਬਰੀ ਆਰਐਨਆਈਪੀ ਦੇ ਅੰਦਰ ਆਉਂਦਾ ਹੈ। ਹਾਂਜੀ ਸਰ, ਸੋ ਆਰਐਨਆਈਪੀ ਦੇ ਅੰਦਰ ਆਉਣ ਵਾਲੇ ਇੰਸਟੀਟਿਊਟ ਜਿਹੜੇ ਹੈਗੇ ਨੇ, ਜਿਹੜੇ ਏਰੀਆਜ਼ ਹੈਗੇ ਨੇ ਜਿਹੜੇ ਉੱਥੇ ਇੰਸਟੀਟਿਊਟ ਆਉਂਦੇ ਨੇ, ਸਟੂਡੈਂਟ ਨੂੰ ਬੈਨੀਫਿਟ ਹੈ ਟੂ ਗੈਟ ਪੀਆਰ। ਬਿਕੋਜ਼ ਅੱਜ ਸਟੂਡੈਂਟ ਅਗਰ ਬਾਹਰ ਜਾਂਦਾ ਤਾਂ ਮੈਨੂੰ ਲੱਗਦਾ ਉਹਦਾ ਇੱਕੋ ਇੱਕ ਮੋਟਿਵ ਹੁੰਦਾ ਪੀਆਰ ਲੈਣਾ, ਸੈਟਲਮੈਂਟ ਹੋਣਾ ਫਾਈਨਲੀ। ਸੋ ਤੁਹਾਨੂੰ ਲੈਂਡਮਾਰਕ ਇਮੀਗ੍ਰੇਸ਼ਨ ਬਾਰੇ ਕਿਸ ਤਰ੍ਹਾਂ ਪਤਾ ਚੱਲਿਆ ਸੀ? ਸਰ ਜਸਟ ਵਾਕ ਥਰੂ, ਮਤਲਬ ਵਿਸ਼ਾਲ ਸਰ ਸੀਗੇ, ਉਹਨਾਂ ਨੂੰ ਮੈਂ ਮਤਲਬ ਜਾਣਦੀ ਸੀਗੀ, ਤਾਂ ਉਹਨਾਂ ਦੇ ਜਸਟ ਕਹਿਣ ਤੇ ਮੈਂ ਵਿਜ਼ਿਟ ਕੀਤਾ, ਫਿਰ ਉਸ ਤੋਂ ਬਾਅਦ ਮੈਂ ਫਾਈਨਲੀ ਵੀਜ਼ਾ ਆ ਚੁੱਕਿਆ ਜੀ। ਤੇ ਓਵਰਆਲ ਸਫਰ ਕਿਵੇਂ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ? ਵੀਜ਼ਾ ਆ ਗਿਆ ਇਸ ਲਈ ਤਾਂ ਨਹੀਂ ਕਹਿ ਰਹੇ? ਸਰ ਵੀਜ਼ਾ ਆ ਗਿਆ, ਮੈਂ ਉਹੀ ਕਹਿ ਰਿਹਾ ਵਾਂ ਕਿ ਜਦੋਂ ਵੀਜ਼ਾ ਆ ਜਾਂਦਾ ਬੰਦਾ ਵੈਸੇ ਹੀ ਖੁਸ਼ ਹੁੰਦਾ, ਬਸ ਉਹ ਕਹਿੰਦਾ ਜੀ ਵਧੀਆ। ਵੈਸੇ ਲੈਂਡਮਾਰਕ ਨਾਲ ਓਵਰਆਲ ਐਕਸਪੀਰੀਅੰਸ ਕਿੱਦਾਂ ਦਾ ਸੀ? ਬਹੁਤ ਵਧੀਆ ਸੀਗਾ, ਗੁੱਡ ਸਰਵਿਸ ਸੀਗੀ, ਉਹ ਦੀਪਿਕਾ ਮੈਮ ਨੇ ਬਹੁਤ ਵਧੀਆ ਹੈਲਪ ਕੀਤੀ ਹੈ, ਅੰਮ੍ਰਿਤਸਰ ਬ੍ਰਾਂਚ ਵਿੱਚ ਵੀ ਬਹੁਤ ਵਧੀਆ ਉਹਨਾਂ ਨੇ ਗਾਈਡ ਕੀਤਾ ਸੀਗਾ, ਬਟ ਮੇਨਲੀ ਮੇਰਾ ਪ੍ਰੋਸੈਸ ਸਾਰਾ ਮੋਹਾਲੀ ਤੋਂ ਆਇਆ ਸੀਗਾ, ਉਹਨਾਂ ਨੇ ਬਹੁਤ ਵਧੀਆ ਫੋਨ ਤੇ ਬਣ ਕੇ ਬਹੁਤ ਅੱਛਾ ਗਾਈਡ ਕਰਦੇ। ਬਹੁਤ ਅੱਛਾ ਗਾਈਡ ਕਰਦੇ, ਠੀਕ ਹੈ ਜੀ। ਸੋ ਬੈਸਟ ਆਫ ਲੱਕ ਫਾਰ ਯੋਰ ਫਿਊਚਰ ਇਨ ਕੈਨੇਡਾ ਜੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ।